ਰਿਟਾਇਰਡ ਅਧਿਕਾਰੀ ਤੋਂ ਏਟੀਐਮ ਬਦਲ ਕੇ ਮਾਰੀ 50,000 ਦੀ ਠੱਗੀ। ਪੜ੍ਹਿਆ ਲਿਖਿਆ ਸ਼ਖਸ ਵੀ ਨਹੀਂ ਬਚ ਸਕਿਆ ਠੱਗ ਦੇ ਜਾਲ ਤੋਂ। ਦੱਸ ਦੇ ਕਿ ਇੱਕ ਰਿਟਾਇਰਡ ਅਧਿਕਾਰੀ ਦੇ ਨਾਲ ਏਟੀਐਮ ਬਦਲ ਕੇ 50,000 ਦੀ ਠੱਗੀ ਮਾਰੀ ਗਈ ਹੈ। ਤਾਂ ਇਸ ਸ਼ਖਸ ਨੇ ਦੱਸਿਆ ਕਿ ਜਦ ਇਹ ਏਟੀਐਮ ਦੇ ਵਿੱਚ ਪਹੁੰਚਿਆ ਤਾਂ ਉਹ ਠੱਗ ਪਹਿਲਾਂ ਤੋਂ ਹੀ ਉੱਥੇ ਮੌਜੂਦ ਸੀ। ਤਾਂ ਉਸਨੇ ਦੱਸਿਆ ਕਿ ਇੱਥੇ ਹੁਣੇ ਰਿਪੇਅਰ ਹੋ ਕੇ ਹਟੀ ਹੈ, ਜਿਸ ਕਾਰਨ ਇੱਕ ਮਸ਼ੀਨ ਦੇ ਵਿੱਚੋਂ ਸਲਿੱਪ ਆਉਂਦੀ ਹੈ, ਜਦਕਿ ਦੂਸਰੇ ਦੇ ਵਿੱਚੋਂ ਪੈਸੇ ਨਿਕਲਦੇ ਨੇ। ਤਾਂ ਸ਼ਖਸ ਨੇ ਦੱਸਿਆ ਕਿ ਜਦ ਉਸਨੇ ਆਪਣਾ ਏਟੀਐਮ ਮਸ਼ੀਨ ਦੇ ਵਿੱਚ ਪਾਇਆ ਅਤੇ ਆਪਣਾ ਪਿੰਨ ਦਾਖਲ ਕੀਤਾ ਤਾਂ ਉਹ ਸਲਿੱਪ ਲੈਣ ਦੇ ਲਈ ਦੂਸਰੀ ਮਸ਼ੀਨ ਦੇ ਕੋਲ ਚਲਾ ਗਿਆ, ਜਿਸ ਤੋਂ ਬਾਅਦ ਇਹ ਠੱਗ ਬੜੀ ਚਲਾਕੀ ਦੇ ਨਾਲ ਉਸਦਾ ਪਿੰਨ ਵੇਖ ਲੈਂਦਾ ਹੈ ਅਤੇ ਮੌਕੇ ਤੋਂ ਉਸਦਾ ਏਟੀਐਮ ਹੀ ਬਦਲ ਦਿੰਦਾ ਅਤੇ ਫਿਰ ਉਹ ਉੱਥੋਂ ਚਲਾ ਜਾਂਦਾ। ਤਾਂ ਇਹ ਸਭ ਉਹਨਾਂ ਨੂੰ ਕੁਝ ਵੀ ਨਹੀਂ ਪਤਾ ਲੱਗਦਾ। ਤਾਂ ਜਦੋਂ ਉਹ ਏਟੀਐਮ ਕੱਢ ਕੇ ਪੈਸੇ ਕਢਾਉਣ ਦੀ ਕੋਸ਼ਿਸ਼ ਕਰਦੇ ਨੇ ਤਾਂ ਮਸ਼ੀਨ ਗਲਤ ਪਿੰਨ ਦੱਸਦੀ ਹੈ। ਤਾਂ ਜਦੋਂ ਉਹ ਧਿਆਨ ਨਾਲ ਵੇਖਦੇ ਨੇ ਤਾਂ ਉਹਨਾਂ ਨੂੰ ਪਤਾ ਲੱਗਦਾ ਕਿ ਇਹ ਤਾਂ ਉਹਨਾਂ ਦਾ ਏਟੀਐਮ ਹੀ ਨਹੀਂ ਹੈ। ਜਿਸ ਤੋਂ ਬਾਅਦ ਉਹਨਾਂ ਨੂੰ ਠੱਗੀ ਹੋਣ ਦਾ ਅਹਿਸਾਸ ਹੋਇਆ ਤਾਂ ਉਹ ਤੁਰੰਤ ਬੈਂਕ ਦੇ ਵਿੱਚ ਜਾਂਦੇ ਨੇ ਅਤੇ ਆਪਣਾ ਖਾਤਾ ਬੰਦ ਕਰਾਉਂਦੇ ਨੇ। ਪਰ ਇਸ ਤੋਂ ਪਹਿਲਾਂ ਹੀ ਇਹ ਠੱਗ ਉਹਨਾਂ ਦੇ ਖਾਤੇ ਦੇ ਵਿੱਚੋਂ 50,000 ਰੁਪਇਆ ਕਢਵਾ ਚੁੱਕਿਆ ਸੀ। ਤਾਂ ਇੱਕ ਰਿਟਾਇਰਡ ਅਧਿਕਾਰੀ ਨੂੰ ਇਸ ਠੱਗ ਨੇ ਨਿਸ਼ਾਨਾ ਬਣਾਇਆ, ਜਿੱਥੇ ਬੜੀ ਹੀ ਚਲਾਕੀ ਦੇ ਨਾਲ ਇਹ ਉਸਦੇ ਨਾਲ ਏਟੀਐਮ ਬਦਲ ਲੈਂਦਾ ਅਤੇ ਉਹਨਾਂ ਦਾ ਪਿੰਨ ਵੇਖ ਲੈਂਦਾ, ਜਿਸ ਤੋਂ ਬਾਅਦ ਇਹ ਦੂਸਰੇ ਏਟੀਐਮ 'ਤੇ ਜਾ ਕੇ 50,000 ਰੁਪਇਆ ਕਢਾ ਲੈਂਦਾ ਅਤੇ ਇਸ ਸ਼ਖਸ ਨੂੰ ਵੱਡੀ ਠੱਗੀ ਬਚ ਜਾਂਦੀ ਹੈ। ਉਹ ਪਹਿਲਾਂ ਹੀ ਆ ਕੇ ਮੇਰੇ ਤੋਂ ਪਹਿਲਾਂ ਹੀ ਖੜਾ ਸੀ ਮੁੰਡਾ ਅੰਦਰ, ਅਤੇ ਉਹ ਕਹਿੰਦਾ ਵੀ ਮਸ਼ੀਨਾਂ ਰਿਪੇਅਰ ਕੀਤੀਆਂ। ਉਹਨੇ ਕਿਸੇ ਨੂੰ ਫੋਨ ਵੀ ਕੀਤਾ ਵੀ ਮਸ਼ੀਨਾਂ ਰਿਪੇਅਰ ਹੋ ਗਈਆਂ, ਕੈਸ਼ ਭਾਅ ਤਾਂ ਹੁਣੇ ਚੱਲ ਪੈਣੀਆਂ। ਤਾਂ ਇੱਕ ਮਸ਼ੀਨ ਤੋਂ ਸਲਿੱਪ ਨਿਕਲਦੀ ਹੈ ਇਸ ਵੇਲੇ, ਤਾਂ ਦੂਸਰੇ ਤੋਂ ਕੈਸ਼ ਨਿਕਲਦਾ ਰਿਪੇਅਰ ਹੋਣ ਕਰਕੇ। ਅਤੇ ਮੈਂ ਜਦੋਂ ਸਲਿੱਪ ਕਢਾਈ ਆ, ਉਹਨੇ ਮਸ਼ੀਨ ਦੇ ਉੱਪਰ ਕਿਸੇ ਬਟਨ 'ਤੇ ਉਂਗਲ ਮਾਰੀ, ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਲੱਗਾ ਉਹ ਮੇਰਾ ਕਿਸ ਹਿਸਾਬ ਨਾਲ ਮੇਰਾ ਉਹ ਮਸ਼ੀਨ 'ਚੋਂ ਹੀ ਕੱਢ ਕੇ ਲੈ ਗਿਆ ਅਤੇ ਮੈਨੂੰ ਦੂਸਰਾ ਉਹ ਮਸ਼ੀਨ ਦੇ ਪਾ ਕੇ ਥਮਾ ਕੇ ਇੱਕਦਮ ਗਾਇਬ ਹੋ ਗਿਆ। ਜਿੰਨੀ ਦੇਰ ਤੱਕ ਮੈਂ ਆਪਣਾ ਖਾਤਾ ਬੰਦ ਕਰਾਇਆ ਬੈਂਕ ਤੋਂ, ਉਨੀ ਦੇਰ ਤੱਕ ਉਹ 50,000 ਰੁਪਈਆ ਏਟੀਐਮ ਔਜਲਾ ਫਾਟਕ ਤੋਂ ਕਢਾ ਕੇ ਤਾਂ ਲੈ ਗਏ। ਉਸੇ ਦਿਨ ਹੀ ਸ਼ਾਮ ਨੂੰ ਐਪਲੀਕੇਸ਼ਨ ਦੇ ਦਿੱਤੀ ਗਈ ਸੀ ਅਤੇ ਕੱਲ੍ਹ FIR ਲੌਜ ਹੋਊਗੀ, ਜੋ ਕਿ ਮੇਰੇ ਮੋਬਾਈਲ 'ਤੇ ਵੀ ਮੈਸੇਜ ਜਿਹੜਾ ਆ ਚੁੱਕਾ ਉਹਨਾਂ ਦਾ। ਅਤੇ ਉਸ ਤੋਂ ਬਾਅਦ SSP ਦਫ਼ਤਰ ਵਾਲਿਆਂ ਨੇ ਮੈਨੂੰ ਬੁਲਾਇਆ ਸੀਗਾ, ਇਹ ਸਰਦਾਰ ਚਰਨਜੀਤ ਸਿੰਘ ਟੈਕਨੀਕਲ ਡਿਪਾਰਟਮੈਂਟ ਵਾਲਿਆਂ ਨਾਲ, ਉਹਨਾਂ ਨੇ ਵੀ ਮੇਰੇ ਬਿਆਨ ਲੈ ਲਿਆ ਅਤੇ ਅਸੀਂ ਤੁਹਾਨੂੰ CCTV ਫੁਟੇਜ ਦੇ ਦਾਂਗੇ। ਅਤੇ ਅੱਜ ਮੈਂ ਜਦੋਂ ਗਿਆ ਤਾਂ ਉਹਨਾਂ ਨੇ ਮੈਨੂੰ ਇੱਥੇ ਜਿਹੜੀ ਮਨਸੂਰਵਾਲ ਬ੍ਰਾਂਚ ਆ ਉਹਨੂੰ ਉੱਥੇ ਭੇਜ ਦਿੱਤਾ, ਕਹਿੰਦੇ ਵੀ ਉੱਥੇ ਜਾਓ ਅਤੇ ਉਹ ਤੁਹਾਨੂੰ ਕਢਾ ਕੇ ਦੇਣਗੇ। ਅੱਜ ਮੈਂ ਉੱਥੇ ਗਿਆ ਸੀਗਾ, ਉਹਨਾਂ ਨੇ ਮੇਰੀ ਐਪਲੀਕੇਸ਼ਨ ਲੈ ਲਈ ਆ ਅਤੇ ਕਹਿੰਦੇ ਵੀ ਤੁਹਾਨੂੰ ਜਿਸ ਵੇਲੇ ਵੀ ਫੁਟੇਜ ਸਾਡੇ ਕੋਲ ਰਸੀਵ ਹੋ ਜਾਊਗੀ। ਰਿਟਾਇਰਡ ਅਧਿਕਾਰੀ ਤੋਂ ਏਟੀਐਮ ਬਦਲ ਕੇ ਮਾਰੀ 50,000 ਦੀ ਠੱਗੀ। ਪੜ੍ਹਿਆ ਲਿਖਿਆ ਸ਼ਖਸ ਵੀ ਨਹੀਂ ਬਚ ਸਕਿਆ ਠੱਗ ਦੇ ਜਾਲ ਤੋਂ। ਦੱਸ ਦੇ ਕਿ ਇੱਕ ਰਿਟਾਇਰਡ ਅਧਿਕਾਰੀ ਦੇ ਨਾਲ ਏਟੀਐਮ ਬਦਲ ਕੇ 50,000 ਦੀ ਠੱਗੀ ਮਾਰੀ ਗਈ ਹੈ। ਤਾਂ ਇਸ ਸ਼ਖਸ ਨੇ ਦੱਸਿਆ ਕਿ ਜਦ ਇਹ ਏਟੀਐਮ ਦੇ ਵਿੱਚ ਪਹੁੰਚਿਆ ਤਾਂ ਉਹ ਠੱਗ ਪਹਿਲਾਂ ਤੋਂ ਹੀ ਉੱਥੇ ਮੌਜੂਦ ਸੀ। ਤਾਂ ਉਸਨੇ ਦੱਸਿਆ ਕਿ ਇੱਥੇ ਹੁਣੇ ਰਿਪੇਅਰ ਹੋ ਕੇ ਹਟੀ ਹੈ, ਜਿਸ ਕਾਰਨ ਇੱਕ ਮਸ਼ੀਨ ਦੇ ਵਿੱਚੋਂ ਸਲਿੱਪ ਆਉਂਦੀ ਹੈ, ਜਦਕਿ ਦੂਸਰੇ ਦੇ ਵਿੱਚੋਂ ਪੈਸੇ ਨਿਕਲਦੇ ਨੇ। ਤਾਂ ਸ਼ਖਸ ਨੇ ਦੱਸਿਆ ਕਿ ਜਦ ਉਸਨੇ ਆਪਣਾ ਏਟੀਐਮ ਮਸ਼ੀਨ ਦੇ ਵਿੱਚ ਪਾਇਆ ਅਤੇ ਆਪਣਾ ਪਿੰਨ ਦਾਖਲ ਕੀਤਾ ਤਾਂ ਉਹ ਸਲਿੱਪ ਲੈਣ ਦੇ ਲਈ ਦੂਸਰੀ ਮਸ਼ੀਨ ਦੇ ਕੋਲ ਚਲਾ ਗਿਆ, ਜਿਸ ਤੋਂ ਬਾਅਦ ਇਹ ਠੱਗ ਬੜੀ ਚਲਾਕੀ ਦੇ ਨਾਲ ਉਸਦਾ ਪਿੰਨ ਵੇਖ ਲੈਂਦਾ ਹੈ ਅਤੇ ਮੌਕੇ ਤੋਂ
ਉਸਦਾ ਏਟੀਐਮ ਹੀ ਬਦਲ ਦਿੰਦਾ ਹੈ ਤੇ ਫਿਰ ਉਹ ਉੱਥੋਂ ਚਲਾ ਜਾਂਦਾ ਹੈ। ਤਾਂ ਇਹ ਸਭ ਉਹਨਾਂ ਨੂੰ ਕੁਝ ਵੀ ਨਹੀਂ ਪਤਾ ਲੱਗਦਾ। ਤਾਂ ਜਦੋਂ ਉਹ ਏਟੀਐਮ ਕੱਢ ਕੇ ਪੈਸੇ ਕਢਾਉਣ ਦੀ ਕੋਸ਼ਿਸ਼ ਕਰਦੇ ਨੇ ਤਾਂ ਮਸ਼ੀਨ ਗਲਤ ਪਿੰਨ ਦੱਸਦੀ ਹੈ। ਤਾਂ ਜਦੋਂ ਉਹ ਧਿਆਨ ਨਾਲ ਵੇਖਦੇ ਨੇ ਤਾਂ ਉਹਨਾਂ ਨੂੰ ਪਤਾ ਲੱਗਦਾ ਕਿ ਇਹ ਤਾਂ ਉਹਨਾਂ ਦਾ ਏਟੀਐਮ ਹੀ ਨਹੀਂ ਹੈ। ਜਿਸ ਤੋਂ ਬਾਅਦ ਉਹਨਾਂ ਨੂੰ ਠੱਗੀ ਹੋਣ ਦਾ ਅਹਿਸਾਸ ਹੋਇਆ ਤਾਂ ਉਹ ਤੁਰੰਤ ਬੈਂਕ ਦੇ ਵਿੱਚ ਜਾਂਦੇ ਨੇ ਤੇ ਆਪਣਾ ਖਾਤਾ ਬੰਦ ਕਰਾਉਂਦੇ ਨੇ। ਪਰ ਇਸ ਤੋਂ ਪਹਿਲਾਂ ਹੀ ਇਹ ਠੱਗ ਉਹਨਾਂ ਦੇ ਖਾਤੇ ਦੇ ਵਿੱਚੋਂ 50,000 ਰੁਪਇਆ ਕਢਵਾ ਚੁੱਕਿਆ ਸੀ। ਤਾਂ ਇੱਕ ਰਿਟਾਇਰਡ ਅਧਿਕਾਰੀ ਨੂੰ ਇਸ ਠੱਗ ਨੇ ਨਿਸ਼ਾਨਾ ਬਣਾਇਆ, ਜਿੱਥੇ ਬੜੀ ਹੀ ਚਲਾਕੀ ਦੇ ਨਾਲ ਇਹ ਉਸਦੇ ਨਾਲ ਏਟੀਐਮ ਬਦਲ ਲੈਂਦਾ ਹੈ ਤੇ ਉਹਨਾਂ ਦਾ ਪਿੰਨ ਵੇਖ ਲੈਂਦਾ ਹੈ, ਜਿਸ ਤੋਂ ਬਾਅਦ ਇਹ ਦੂਸਰੇ ਏਟੀਐਮ ਤੇ ਜਾ ਕੇ 50,000 ਰੁਪਇਆ ਕਢਾ ਲੈਂਦਾ ਹੈ ਤੇ ਇਸ ਸ਼ਖਸ ਨੂੰ ਵੱਡੀ ਠੱਗੀ ਵੱਜ ਜਾਂਦੀ ਹੈ। ਉਹ ਪਹਿਲਾਂ ਹੀ ਆ ਕੇ ਮੇਰੇ ਤੋਂ ਪਹਿਲਾਂ ਹੀ ਖੜਾ ਸੀ ਮੁੰਡਾ ਅੰਦਰ, ਅਤੇ ਉਹ ਕਹਿੰਦਾ ਵੀ ਮਸ਼ੀਨਾਂ ਰਿਪੇਅਰ ਕੀਤੀਆਂ। ਉਹਨੇ ਕਿਸੇ ਨੂੰ ਫੋਨ ਵੀ ਕੀਤਾ ਵੀ ਮਸ਼ੀਨਾਂ ਰਿਪੇਅਰ ਹੋ ਗਈਆਂ, ਕੈਸ਼ ਭਾਅ ਤਾਂ ਹੁਣੇ ਚੱਲ ਪੈਣੀਆਂ। ਤਾਂ ਇੱਕ ਮਸ਼ੀਨ ਤੋਂ ਸਲਿੱਪ ਨਿਕਲਦੀ ਹੈ ਇਸ ਵੇਲੇ, ਤਾਂ ਦੂਸਰੇ ਤੋਂ ਕੈਸ਼ ਨਿਕਲਦਾ ਰਿਪੇਅਰ ਹੋਣ ਕਰਕੇ। ਅਤੇ ਮੈਂ ਜਦੋਂ ਸਲਿੱਪ ਕਢਾਈ ਆ, ਉਹਨੇ ਮਸ਼ੀਨ ਦੇ ਉੱਪਰ ਕਿਸੇ ਬਟਨ 'ਤੇ ਉਂਗਲ ਮਾਰੀ, ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਲੱਗਾ ਉਹ ਮੇਰਾ ਕਿਸ ਹਿਸਾਬ ਨਾਲ ਮੇਰਾ ਉਹ ਮਸ਼ੀਨ 'ਚੋਂ ਹੀ ਕੱਢ ਕੇ ਲੈ ਗਿਆ ਅਤੇ ਮੈਨੂੰ ਦੂਸਰਾ ਉਹ ਮਸ਼ੀਨ ਦੇ ਵਿੱਚ ਪਾ ਕੇ ਥਮਾ ਕੇ ਇੱਕਦਮ ਗਾਇਬ ਹੋ ਗਿਆ। ਜਿੰਨੀ ਦੇਰ ਤੱਕ ਮੈਂ ਆਪਣਾ ਖਾਤਾ ਬੰਦ ਕਰਾਇਆ ਬੈਂਕ ਤੋਂ, ਉੱਨੀ ਦੇਰ ਤੱਕ ਉਹ 50,000 ਰੁਪਈਆ ਏਟੀਐਮ ਔਜਲਾ ਫਾਟਕ ਤੋਂ ਕਢਾ ਕੇ ਤਾਂ ਲੈ ਗਏ। ਉਸੇ ਦਿਨ ਹੀ ਸ਼ਾਮ ਨੂੰ ਐਪਲੀਕੇਸ਼ਨ ਦੇ ਦਿੱਤੀ ਗਈ ਸੀ ਅਤੇ ਕੱਲ੍ਹ FIR ਲੌਜ ਹੋ ਗਈ, ਜੋ ਕਿ ਮੇਰੇ ਮੋਬਾਈਲ 'ਤੇ ਵੀ ਮੈਸੇਜ ਜਿਹੜਾ ਆ ਚੁੱਕਾ ਉਹਨਾਂ ਦਾ। ਅਤੇ ਉਸ ਤੋਂ ਬਾਅਦ SSP ਦਫ਼ਤਰ ਵਾਲਿਆਂ ਨੇ ਮੈਨੂੰ ਬੁਲਾਇਆ ਸੀਗਾ, ਇਹ ਸਰਦਾਰ ਚਰਨਜੀਤ ਸਿੰਘ ਟੈਕਨੀਕਲ ਡਿਪਾਰਟਮੈਂਟ ਵਾਲਿਆਂ ਨਾਲ, ਉਹਨਾਂ ਨਾਲ ਵੀ ਮੇਰੇ ਬਿਆਨ ਲੈ ਲਿਆ ਅਤੇ ਅਸੀਂ ਤੁਹਾਨੂੰ CCTV ਫੁਟੇਜ ਦੇ ਦਾਂਗੇ। ਅਤੇ ਅੱਜ ਮੈਂ ਜਦੋਂ ਗਿਆ ਤਾਂ ਉਹਨਾਂ ਨੇ ਮੈਨੂੰ ਇੱਥੇ ਜਿਹੜੀ ਮਨਸੂਰਵਾਲ ਬ੍ਰਾਂਚ ਆ ਉਹਨੂੰ ਤੇ ਉੱਥੇ ਭੇਜ ਦਿੱਤਾ, ਕਹਿੰਦੇ ਵੀ ਉੱਥੇ ਜਾਓ ਅਤੇ ਉਹ ਤੁਹਾਨੂੰ ਕਢਾ ਕੇ ਦੇਣਗੇ। ਅੱਜ ਮੈਂ ਉੱਥੇ ਗਿਆ ਸੀਗਾ, ਉਹਨਾਂ ਨੇ ਮੇਰੀ ਐਪਲੀਕੇਸ਼ਨ ਲੈ ਲਈ ਆ ਅਤੇ ਕਹਿੰਦੇ ਵੀ ਤੁਹਾਨੂੰ ਜਿਸ ਵੇਲੇ ਵੀ ਫੁਟੇਜ ਸਾਡੇ ਕੋਲ ਰਿਸੀਵ ਹੋ ਜਾਊਗੀ